ਸਾਡੀਆਂ ਸਾਹਮਣੇ ਬੈਰੀਗੇਟ ਆ ਇਹ ਆਪਾਂ ਤੋੜ ਕੇ ਅੱਗੇ ਜਾਣਾ ਜਿਹੜਾ ਮੋਦੀ ਦਲ ਦਾ ਘਿਰਾਓ ਕਰਾਂਗੇ ਜਾਂ ਤਾਂ ਅਸੀਂ ਅੱਜ ਜਨਤਾਰੀਆਂ ਦੇਵਾਂਗੇ ਜਾਂ ਅਸੀਂ ਆਪਣੇ ਹੱਥ ਲੈ ਕੇ ਚੱਲਾਂਗੇ ਜਾਂ ਆਪਣੇ ਪਿੰਡਾਂ ਦੀ ਪ੍ਰਸ਼ਾਸਨ ਨੂੰ ਨਾਮ ਨਹੀਂ ਦਿੰਦੇ ਆ ਸਾਨੂੰ ਪੱਤਰਾਂ ਵਿੱਚ ਅੱਜ ਅਸੀਂ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲੇ ਦੇ ਵਿੱਚ ਸਾਰੇ ਪੰਜਾਬ ਦੇ ਕੋਨੇ ਕੋਨੇ ਤੋਂ ਨੰਬਰਦਾਰ ਸਾਹਿਬਾਨ ਪਹੁੰਚੇ ਨੇ। ਸਾਡੀਆਂ ਕੁਝ ਸਮੱਸਿਆ ਸੀ ਜੋ ਪਿਛਲੇ 4.5 ਸਾਲ ਤੋਂ ਅਸੀਂ ਸਰਕਾਰ ਨੂੰ ਮਿਲ ਕੇ ਸਮੇਂ ਸਮੇਂ 'ਤੇ ਚਾਹੇ ਉਹ ਜ਼ਿਲ੍ਹਿਆਂ ਦੇ DC ਹੋਣ ਚਾਹੇ SDM ਸਾਹਿਬ ਹੋਣ ਚਾਹੇ ਸਰਕਾਰ ਦੇ ਨੁਮਾਇੰਦੇ ਹੋਣ ਅਸੀਂ ਉਹਨਾਂ ਨੂੰ ਮਿਲ ਕੇ ਆਪਣੀਆਂ ਜਿਹੜੀਆਂ ਸਮੱਸਿਆ ਦੱਸਦੇ ਰਹੇ। ਸਰਕਾਰ ਨੇ 2017 ਦੇ ਚੋਣ ਮੈਨੀਫੈਸਟੋ ਦੇ ਵਿੱਚ ਸਾਡੇ ਨਾਲ ਵਾਅਦੇ ਕੀਤੇ ਸੀ ਜਿਸ ਤਰ੍ਹਾਂ ਨੰਬਰਦਾਰੀ ਜਲਦੀ ਪਹੁੰਚਦੀ ਬੱਸ ਪਾਸ ਟੋਲ ਟੈਕਸ ਮਾਣ ਭੱਤੇ ਦੇ ਵਿੱਚ ਵਾਧਾ ਕਰਨਾ ਅਤੇ ਤਹਿਸੀਲ ਪੱਧਰ 'ਤੇ ਬੈਠਣ ਲਈ ਕਮਰਿਆਂ ਦਾ ਇੰਤਜ਼ਾਮ ਕਰਨਾ ਅਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀਆਂ ਦੇ ਵਿੱਚ ਨੰਬਰਦਾਰ ਸਾਹਿਬਾਨਾਂ ਨੂੰ ਬਣਦੀ ਨੁਮਾਇੰਦਗੀ ਦੇਣਾ ਉਹ ਜੋ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ ਉਸ ਦੇ ਸੰਬੰਧ ਵਿੱਚ ਅਸੀਂ ਸਰਕਾਰ ਨੂੰ ਸਮੇਂ ਸਮੇਂ 'ਤੇ ਮਿਲਦੇ ਰਹੇ ਹਾਂ ਪਰ ਸਾਡੀ ਜਿਹੜੀ ਇੱਕ ਵੀ ਮੰਗ ਸੀ ਸਰਕਾਰ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਨੰਬਰਦਾਰ ਸਾਹਿਬਾਨ ਇਕੱਠੇ ਹੋ ਕੇ ਮੋਤੀ ਮਹਿਲ ਪਟਿਆਲੇ ਦਾ ਘਿਰਾਓ ਕਰਾਂਗੇ ਤਾਂ ਕਿ ਜਿਹੜੀ ਸੁੱਤੀ ਪਈ ਸਰਕਾਰ ਅਸੀਂ ਇਹਨੂੰ ਜਗਾ ਸਕੀਏ। ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਰੀਬ 35,000 ਜਿਹੜੀ ਨੰਬਰਦਾਰਾਂ ਦੀ ਪੰਜਾਬ ਦੇ ਵਿੱਚ ਗਿਣਤੀ ਆ ਅਤੇ ਅਸੀਂ ਸਾਰੇ ਇੱਕ ਮੰਚ 'ਤੇ ਇੱਕ ਮੁੱਠ ਹੋ ਚੁੱਕੇ ਹਾਂ ਅਤੇ ਜੇ ਸਾਡੀ ਅੱਜ ਸਾਡੀਆਂ ਹੱਕ ਜਿਹੜੀਆਂ ਹੱਕੀ ਮੰਗਾਂ ਨੇ ਇਹਨਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਸ ਸੰਘਰਸ਼ ਨੂੰ ਇਸ ਤੋਂ ਵੀ ਅੱਗੇ ਲੈ ਕੇ ਜਾਵਾਂਗੇ। ਕੋਈ ਗੱਲ ਨਹੀਂ ਜੀ, ਜੇ ਬੈਰੀਗੇਟ ਲੱਗੇ ਆ ਤਾਂ ਅਸੀਂ ਬੈਰੀਗੇਟ ਜਿਹੜੇ ਹੈਗੇ ਆ ਉਹਨਾਂ ਨੂੰ ਟੱਪ ਕੇ ਅੱਗੇ ਜਾਵਾਂਗੇ ਕਿਉਂਕਿ ਅੱਜ ਅਸੀਂ ਸਾਰੇ ਤਿਆਰੀ ਕਰਕੇ ਆਏ ਹਾਂ ਸਾਰੇ ਆਪਣੀਆਂ ਜਿਹੜੀ ਹੱਕੀ ਮੰਗਾਂ ਉਹਨਾਂ ਨੂੰ ਲੈ ਕੇ ਜਾਵਾਂਗੇ। ਇਹ ਸਾਰਾ ਪੰਜਾਬ ਲੈਵਲ 'ਤੇ ਜੀ ਸਾਡੇ ਸਾਰੇ ਪੰਜਾਬ ਦੇ ਵਿੱਚੋਂ ਨੰਬਰਦਾਰ ਸਾਹਿਬਾਨ ਪਹੁੰਚੇ ਨੇ ਅਤੇ ਪੰਜਾਬ ਪੱਧਰ ਦੇ ਨਾਲ ਸਾਡਾ ਇਕੱਠ ਕੀਤਾ। ਅੱਜ ਵੀ ਕੋਈ ਤੁਹਾਡਾ ਇੱਥੇ ਮੰਗ ਪੱਤਰ ਜਿਹੜਾ ਤੁਸੀਂ ਦੇਣਾ ਜਾਂ ਕੋਈ ਪੂਰਾ ਨਹੀਂ ਹੁੰਦਾ ਤਾਂ ਉਸ ਤੋਂ ਅੱਗੇ ਤੁਹਾਡਾ ਇਸ ਤੋਂ ਅੱਗੇ ਸਾਡੀ ਜਿਹੜੀ ਸੂਬਾ ਕਮੇਟੀ ਦੀ ਜਾਂ ਜ਼ਿਲ੍ਹਾ ਪ੍ਰਧਾਨ ਨੇ ਜਾਂ ਸੂਬਾ ਕਮੇਟੀ ਦੇ ਮੈਂਬਰ ਨੇ ਉਹ ਬੈਠ ਕੇ ਅਸੀਂ ਅੱਜ ਮੀਟਿੰਗ ਕਰਾਂਗੇ ਜਿਸ ਤਰ੍ਹਾਂ ਵੀ ਸਾਡਾ ਜਿਹੜਾ ਵਿਚਾਰ ਬਣਿਆ ਚਾਹੇ ਉਹ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਜਿਹੜੇ ਹਲਕਿਆਂ ਦੇ ਇੰਚਾਰਜ ਨੇ ਜਾਂ ਮੌਜੂਦਾ ਸਰਕਾਰ ਦੇ MLA ਨੇ ਉਹਨਾਂ ਦੇ ਘਰਾਂ ਦਾ ਦਫ਼ਤਰਾਂ ਦਾ ਘਿਰਾਓ ਕਰਨਾ ਹੋਵੇ ਜਿਸ ਤਰ੍ਹਾਂ ਵੀ ਸਾਡੀ ਜਿਹੜੀ ਸਟੇਟ ਕਮੇਟੀ ਦੀ ਅੱਜ ਇੱਥੇ ਮੀਟਿੰਗ ਕਰਾਂਗੇ ਬਾਅਦ ਵਿੱਚ ਜਿਸ ਤਰ੍ਹਾਂ ਵੀ ਹੋਇਆ ਉਸ ਤਰ੍ਹਾਂ ਨਹੀਂ ਸਾਡੇ ਇਸ ਤਰ੍ਹਾਂ ਇਕੱਲੇ ਪੰਜਾਬ ਦੇ ਨੰਬਰਦਾਰ ਸਾਹਿਬਾਨ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀਆਂ ਸਾਡੀਆਂ ਹਮ ਖਿਆਲੀ ਜਥੇਬੰਦੀਆਂ ਨੇ ਚਾਹੇ ਉਹ ਚੌਂਕੀਦਾਰ ਹੋਣ ਚਾਹੇ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਸਾਡੇ ਸਰਕਾਰ ਦੇ ਜਿਵੇਂ ਪਟਵਾਰੀ ਨੇ ਜਾਂ ਟੀਚਰ ਨੇ ਅਸੀਂ ਉਹਨਾਂ ਨੂੰ ਨਾਂ ਲੈ ਕੇ ਵੀ ਜਿਹੜਾ ਇਹ ਪ੍ਰੋਟੈਸਟ ਕਰਨ ਤੁਹਾਡੀ ਸਰਕਾਰ ਕਾਂਗਰਸ ਦੀ ਪੰਜਾਬ ਸਰਕਾਰ ਮੌਜੂਦਾ ਨੰਬਰਦਾਰ ਕਿਉਂ ਨਹੀਂ ਹੱਲ ਹੋ ਰਹੇ ਕਿੱਦਾਂ ਜੀ ਹੁਣ ਕੈਪਟਨ ਸਾਹਿਬ ਵੀ ਦੱਸ ਸਕਦੇ ਨੇ ਅਸੀਂ ਸਮੇਂ ਸਮੇਂ 'ਤੇ ਮਾਲ ਮੰਤਰੀ ਜੀ ਨੂੰ ਹੋਰ ਵੀ ਸਾਰੇ ਮੰਤਰੀ ਸਾਹਿਬ ਉਹਨਾਂ ਨੂੰ ਮਿਲ ਚੁੱਕੇ ਆ ਸਾਡੀ ਕਿਸੇ ਵੀ ਸਮੱਸਿਆ ਵੱਲ ਸਰਕਾਰ ਨੇ ਜਿਹੜਾ ਧਿਆਨ ਨਹੀਂ ਦਿੱਤਾ ਇਸ ਲਈ ਅਸੀਂ ਅੱਜ ਇਕੱਠੇ ਹੋਏ ਹਾਂ। ਜੇ ਅੱਜ ਸਾਡੀ ਨਹੀਂ ਕੋਈ ਸੁਣਵਾਈ ਹੁੰਦੀ ਤਾਂ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਨੰਬਰਦਾਰਾਂ ਨੂੰ ਨਾਲ ਲੈ ਕੇ ਜਿਹੜਾ ਸੰਘਰਸ਼ ਹੈ ਇਸਨੂੰ ਇਕੱਠਾ ਕਰਾਂਗੇ ਤਾਂ ਕਿ ਜਿਹੜਾ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਸੀ ਅੱਜ ਤੋਂ ਪਹਿਲਾਂ ਕਿਸੇ ਨੇ ਮੀਟਿੰਗ ਕੀਤੀ ਸਰਕਾਰ ਨਾਲ ਅੱਜ ਤੋਂ ਪਹਿਲਾਂ ਹੀ ਸਾਡੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ DC ਨੇ ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ। ਮਾਲ ਮੰਤਰੀ ਗੁਰਪ੍ਰੀਤ ਕਾਂਗੜ ਜੀ ਨਾਲ ਅਸੀਂ 2 ਵਾਰ ਮੀਟਿੰਗ ਕਰ ਚੁੱਕੇ ਹਾਂ, ਮਹਾਰਾਣੀ ਸਾਹਿਬ ਨਾਲ ਮੀਟਿੰਗ ਕਰ ਚੁੱਕੇ ਹਾਂ, ਮੁੱਖ ਮੰਤਰੀ ਦੇ ਜਿਹੜੇ ਸਲਾਹਕਾਰ ਨੇ ਕੈਪਟਨ ਸੁਦੀਪ ਸੰਧੂ ਉਹਨਾਂ ਨਾਲ ਵੀ ਅਸੀਂ ਮੀਟਿੰਗ ਕਰ ਚੁੱਕੇ ਹਾਂ ਪਰ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ। ਥੈਂਕ ਯੂ ਸਰ, ਮਿਹਰਬਾਨੀ।